ਤਾਂ ਢੀਕੋ ਗੱਲ ਹੁੰਦੀ ਐ ਵੀ ਤੁਸੀਂ ਬੋਲੋ ਉਹ ਹੋਵੇ ਐਦਾਂ ਕਦੇ ਨਹੀਂ ਹੁੰਦਾ ਮੁੰਡਾ ਬੋਲੇ ਉਹ ਹੋਣਾ ਚਾਹੀਦਾ ਇਹ ਇੱਕ ਸੰਸਕਾਰ ਉਹ ਹੋਣਾ ਚਾਹੀਦਾ ਇਹ ਇਹ ਕਿੱਥੋਂ ਦਾ ਰੂਲ ਐ ਕਿੱਥੇ ਦਾ ਰੂਲ ਐ ਜੀ ਤੁਸੀਂ 21 ਸੈਂਚਰੀ ਜੀ ਰਹੇ ਹੋ ਮੁੰਡਾ ਬੋਲੇ ਉਹ ਹੋਣਾ ਚਾਹੀਦਾ ਇਹਦਾ ਕੀ ਮਤਲਬ ਐ ਲਿਆਓ ਗਲਬ ਇੱਕ ਤਾਂ ਸਭ ਤੋਂ ਵੱਡੀ ਗੱਲ ਐ ਨਾ ਮੁੰਡੇ ਕੁੜੀਆਂ ਨੂੰ ਕਦੀ ਸਮਝ ਨਹੀਂ ਸਕਦੇ ਤੇ ਕੁੜੀਆਂ ਜੋ ਐਕਚੁਅਲ ਚ ਹੁੰਦਾ ਉਹ ਕਦੀ ਮੂੰਹ ਤੇ ਬੋਲਦੀਆਂ ਨਹੀਂ ਐ ਤੇ ਕੁੜੀਆਂ ਨੂੰ ਇਹ ਚਾਹੀਦੀ ਕਿ ਸਾਡੇ ਦਿਲ ਦੀ ਗੱਲ ਦਿਲ ਦੀ ਗੱਲ ਆਪ ਹੀ ਪੜ ਲੈਣ ਇਹਦੇ ਕੀ ਵਜੋਂ ਫਿਲਮ ਅਸੀਂ ਸਾਈਨ ਕਰਨੀ ਸੀ ਸੋ ਗੁਰਪ੍ਰੀਤ ਕੋ ਗਿਪਾ ਜੀ ਕਹਿੰਦੇ ਤਾਂ ਟਾਈਟਲ ਹੀ ਮਿਲੀਅਨਸ ਦਾ ਆ ਵੀ ਬੜੀ ਵੱਡੀ ਗੱਲ ਬਾਤ ਆ ਇਨੀ ਮਸਸਕਟ ਨੇ ਅੱਗੇ ਅਸੀਂ 19ਵੇਂ ਸੱਸ ਕੁੱਟਣੀ 2 ਵੀ ਕਰਾਂਗੇ ਨੀਵੇਂ ਨੂ ਕੁੱਟਣੀ ਵੀ ਕਰਾਂਗੇ ਸੋ ਇਹਦੇ ਵਿੱਚ ਹੋਰ ਵਧੀਆ-ਵਧੀਆ ਅਪਡੇਸ਼ਨਸ ਹੁੰਦੀਆਂ ਰਹਿਣਗੀਆਂ ਮੈਰਿਜ ਤੋਂ ਪਹਿਲੇ ਹੀ ਕੁਛ ਨਾ ਕੁਝ ਚੀਜ਼ਾਂ ਸਿੱਖਣ ਨੂੰ ਮਿਲਿਆ ਇੱਕ ਤਰ੍ਹਾਂ ਮੇਰੀ ਟ੍ਰੇਨਿੰਗ ਹੋ ਗਈ ਬਿਕਾਜ਼ 2 ਮੰਥਸ ਬਾਅਦ ਵੈਡਿੰਗ ਸੀ ਸੋ 2 ਮੰਥਸ ਪਹਿਲੇ ਫਿਲਮ ਸ਼ੂਟ ਹੋ ਰਹੀ ਹੈ ਜਿਸ ਵਿੱਚ ਮੈਂ ਇੱਕ ਨੂ ਦਾ ਕੈਰੇਕਟਰ ਨਿਭਾ ਰਹੀ ਹਾਂ ਆਸਕ ਐਨੀ ਪੰਜਾਬੀ ਗਰਲ ਕਿ ਉਹਦੀ ਫੇਵਰਿਟ ਪੰਜਾਬੀ ਬੋਲੀ ਕਿਹੜੀ ਹੈ ਤੇ ਅਗਰ ਉਹ ਨਾ ਕਵੇ ਨਾ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾ ਵਾਲੇ ਚੇਂਜ ਐਨੀਥਿੰਗ ਅਕਚੁਅਲੀ ਮੇਰੇ ਨਾਲ ਵੀ ਥੋੜੇ ਦਿਨ ਪਹਿਲਾਂ ਇਦਾਂ ਹੀ ਹੋਇਆ ਕਿ ਮੇਰੇ ਬॉयਫਰੈਂਡ ਨੇ ਹਾਲੇ ਮੈਨੂੰ ਨਵਾਂ ਨਵਾਂ ਆਪਣੇ ਫੈਨ ਵੀ ਗਰੁੱਪ ਚ ਐਡ ਕੀਤਾ ਹੀ ਸੀ ਤੇ ਮੈਂ ਉਹਨਾਂ ਦੀ ਫਿਲਮ ਦਾ ਟ੍ਰੇਲਰ ਸ਼ੇਅਰ ਕਰਤਾ ਸੋ ਮੈਂ ਐਗਜ਼ਿਟ ਨਹੀਂ ਕੀਤਾ ਗਰੁੱਪ ਤੋਂ ਲੇਕਿਨ ਪਤਾ ਨਹੀਂ ਕਿਉਂ ਮੈਨੂੰ ਰਿਮੂਵਡ ਯੂ ਲਿਖਿਆ ਆ ਗਿਆ ਸੋ ਵਾਈ ਵਾਈ ਯੂ ਡਿਡ ਥਿਸ ਟੂ ਮੀ ਕੇਰ ਸੋ ਕਾ ਕੋਈ ਉਲਝਣ ਤਾਂ ਨਹੀਂ ਪਈ ਅਜੇ ਮੈਂ ਕਹਤਾ ਹਾਂ ਆਮ ਰਿਮੂਵਡ ਫ্রম ਦ ਗਰੁੱਪ ਅੱਛਾ ਰਿਮੂਵ ਹੋ ਗਏ ਹੋ ਤੁਸੀਂ ਓਹੋ ਮਾੜੀ ਹੋ ਗਈ ਤੁਹਾਡੀ ਤੁਸੀਂ ਫਿਰ ਐ ਕਰਿਓ ਇਹਨਾਂ ਨੂੰ ਇੱਕ ਸਲਾਹ ਦਿੰਨੇ ਆ ਹੁਣ ਤੁਸੀਂ ਜਦੋਂ ਪੂਰੀ ਫਿਲਮ ਆਉਗੀ ਨਾ ਹੁਣ ਤੁਸੀਂ 29 ਨੂੰ ਸਾਰਿਆਂ ਨੂੰ ਲੈ ਕੇ ਜਾਇਓ ਉਹਨਾਂ ਨੂੰ ਕਹੋ ਆਪਣੀ ਸੱਸ ਦੇ ਨਾਲ ਬੈਠ ਕੇ ਮੈਨੂੰ ਦੇਖਣਾ ਅੱਛਾ ਤਾਂ ਕਿ ਮੈਨੂੰ ਸਿਰਫ ਗਰੁੱਪ ਪਚਾਉਣਾ ਨਹੀਂ ਮੈਨੂੰ ਲਾਈਫ ਚ ਰਿਮੂਵ ਕਰਨਾ ਦੁਬਾਰਾ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਦੁਬਾਰਾ ਗਰੁੱਪ ਚ ਆਓਗੇ ਤੁਸੀਂ ਡੋਨਟ ਵਰੀ ਆਮ ਟੇਕਿੰਗ ਦ ਐਡਵਾਈਸ ਤੇ ਹੁਣ ਮੈਂ ਫਿਲਮ ਵੇਖਣ ਜ਼ਰੂਰ ਜਾਊਂਗੀ ਲੇਕਿਨ ਉਸ ਤੋਂ ਪਹਿਲਾਂ ਕੁਝ ਫਿਲਮ ਦੀਆਂ ਡਿਟੇਲਸ ਜਿਹੜੀਆਂ ਨੇ ਉਹ ਸ਼ੇਅਰ ਕਰੀਏ ਸੋ ਹੈਲੋ ਗਾਇਜ਼ ਦਿਸ ਫਰਮ ਚੌਧਰੀ ਐਂਡ ਯੂ ਆਰ ਵਾਚਿੰਗ ਫਾਈਵ ਵੁੱਡ ਮੀਡੀਆ ਐਂਡ ਐਜ਼ ਯੂ ਕੈਨ ਸੀ ਵੀ ਹੈਵ ਮਹਿਤਾ ਵੀਰ ਕੈਨ ਤਨਵੀ ਨਾਗੀ ਵਿਦ ਅਸ ਫੋਰ ਇੰਟਰੈਕਸ਼ਨ ਫੋਰ ਦ ਫਿਲਮ ਨੀ ਮੈਂ ਸਸ ਕੁਟਣੀ ਹੁਣ ਮਤਲਬ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਫਿਲਮ ਦਾ ਟ੍ਰੇਲਰ ਦਾ ਨਾਮ ਲੈਣ ਦੀ ਵੀ ਲੋੜ ਹੈ ਐਵਰੀਵਨ ਇਜ਼ ਜਸਟ ਟਾਕਿੰਗ ਅਬਾਊਟ ਇਟ ਕਿ ਹਾਂ ਫਿਲਮ ਦਾ ਟ੍ਰੇਲਰ ਆ ਰਿਹਾ ਫਿਲਮ ਆ ਰਹੀ ਹੈ ਫਿਲਮ ਦਾ ਟਾਈਟਲ ਨੂੰ ਲੈ ਕੇ ਗੱਲਾਂ ਹੋ ਰਹੀਆਂ ਨੇ ਤੇ ਕੁਝ ਲੋਕਲ ਪਰਸਨਲ ਲਾਈਫ ਵੀ ਡਿਸਟਰਬ ਹੋ ਰਹੀ ਹੈ ਮੇਰੇ ਵਰਗੇ ਵਿਚਾਰਿਆਂ ਦੀ ਪਹਿਲਾਂ ਡਿਸਕ੍ਰਿਪਸ਼ਨ ਦਿਆ ਕਰੋ ਨਾ ਕਿੱਥੇ ਸ਼ੇਅਰ ਕਰਨੀ ਤੇ ਕਿੱਥੇ ਨਹੀਂ ਸ਼ੇਅਰ ਕਹਣੀ ਅੱਛਾ ਤੁਸੀਂ ਜਦੋਂ ਇਹ ਫਿਲਮ ਸਾਈਨ ਕੀਤੀ ਸੀ ਤੇ ਤੁਸੀਂ ਹਲੇ ਅਨਮੈਰਿਡ ਹੋਣ ਤੁਹਾਨੂੰ ਵੀ ਪਤਾ ਹਲੇ ਘਰ ਦੇ ਵਿੱਚ ਮਤਲਬ ਨਵੇਂ ਮੈਂਬਰ ਨੇ ਆਣਾ ਹੈ ਤੇ ਜਦੋਂ ਆਪਣੇ ਘਰ ਦੇ ਨਾਲ ਸ਼ੇਅਰ ਕੀਤੀ ਸੀ ਕੀ ਰਿਵਿਊ ਸੀਗੇ ਉਹਨਾਂ ਦੇ ਰਿਵਿਊ ਤਾਂ ਆਏ ਸੀ ਵੀ ਤੈਨੂੰ ਤਾਂ ਅਜੇ ਇੰਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਤੇ ਮੈਂ ਹਾਂ ਕੋਈ ਨਹੀਂ ਮੰਮੀ ਮੈਂ ਅਜੇ ਸਿੱਖ ਲਵਾਂ ਤੇ ਕੱਲ ਨੂੰ ਮੇਰੇ ਲਈ ਥੋੜਾ ਸੌਖਾ ਹੋ ਜਾਊਗਾ ਉਹ ਕਹਿੰਦੇ ਚੱਲ ਪੁੱਤ ਤੇਰੀ ਮਰਜ਼ੀ ਹੈ ਹੁਣ ਤੂੰ ਜੇ ਤੂੰ ਇਸ ਜਾਲ 'ਚ ਫਸਣਾ ਹੀ ਹੈ ਤੇ ਉਹ ਤੇਰੀ ਮਰਜ਼ੀ ਹੈ ਅਸੀਂ ਤਾਂ ਨਹੀਂ ਕਹਿੰਦੇ ਸੋ ਵਧੀਆ ਸੀ ਐਕਸਪੀਰੀਅੰਸ ਬਹੁਤ ਚੰਗਾ ਸੀ ਔਰ ਇਹ ਤਾਂ ਇੱਕ ਖੁਸ਼ੀ ਬਹੁਤ ਵੱਡੀ ਆ ਕਿਉਂਕਿ ਫਿਲਮ ਗਾਣੇ ਨਾਲੋਂ ਕਿਤੇ ਵੱਡੀ ਹੁੰਦੀ ਆ ਔਰ ਇਹ ਤੇ ਸੁਪਨਾ ਹੁੰਦਾ ਹਰ ਇੱਕ ਦਾ ਕਿ ਮੈਂ ਬੜੀ ਵੱਡੀ ਸਕਰੀਨ ਤੇ ਮੈਨੂੰ ਸਾਰੇ ਦੇਖਣ ਸੋ ਉਹ ਸਾਡਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ 29 ਅਪ੍ਰੈਲ ਨੂੰ

ਤੇ ਆਬਵੀਅਸਲੀ ਐਸ ਆਈ ਸੈਡ ਕਿ ਫੈਮਿਲੀ ਦੇ ਨਾਲ ਇਸ ਫਿਲਮ ਦਾ ਟ੍ਰੇਲਰ ਸ਼ੇਅਰ ਕਰਨਾ ਵੀ ਥੋੜਾ ਖਤਰਨਾਕ ਹੈ ਐਂਡ ਯੂ ਜਸਟ ਸਾਈਨ ਦ ਫਿਲਮ ਤਾਂ ਕਿਤੇ ਨਾ ਕਿਤੇ ਮਤਲਬ ਕੋਈ ਸੀਨ ਐਸਾ ਲੱਗਿਆ ਕਿ ਹਾਂ ਇਹ ਕਿਤੇ ਦੇਖ ਨਾ ਲਵੇ ਸਸਤੇ ਸੋਚੇ ਇਹ ਤਾਂ ਮੇਰੇ ਨਾਲ ਹੋਇਆ ਸੀ ਨਾ ਚੱਕ ਕੇ ਫਿਲਮ ਚ ਪਾਤਾ ਓ ਗੋਡ ਐਦਾਂ ਤਾਂ ਦੇਖੋ ਕੁਝ ਨਹੀਂ ਹੋਇਆ ਪਰ ਮੈਨੂੰ ਐਦਾਂ ਲੱਗਦਾ ਹੁੰਦਾ ਕਈ ਵਾਰ ਮੈਂ ਇੰਟਰਵਿਊਜ਼ ਜਿਵੇਂ ਦੇ ਰਹੀ ਆ ਤੇ ਮੇਰੇ ਇਨ ਲਾਸ ਦੇਖਣ ਤੇ ਕਿਤੇ ਉਹ ਇਹ ਨਾ ਕਹਿਣ ਦੇਖੋ ਜੀ ਸਾਡੀ ਨੂੰ ਆਪਣੇ ਦਿਲ ਦੀ ਪੜਾਸ ਇੰਟਰਵਿਊਸ ਤੇ ਕੱਢਣ ਲੱਗੀ ਹੋਈ ਹੈ ਮੈਂ ਸੋ ਸਮਝ ਕੇ ਬੋਲ ਰਿਹਾ ਇੰਟਰਵਿਊ ਬਿਲਕੁਲ ਬਿਲਕੁਲ ਸੋਚ ਸਮਝ ਕੇ ਬੋਲਣਾ ਪੈਂਦਾ ਏ ਯਾ ওকে ਦੈਟਸ ਨਾਈਸ ওকে ਟਾਕਿੰਗ ਅਬਾਊਟ ਦ ਫਿਲਮ ਨੀਮਾ ਸਸਕੁਟਣੀ ਇਕ ਟਾਈਟਲ ਹੀ ਇਦਾਂ ਦਾ ਏ ਸੋ ਲਾਈਕਿ ਥੋੜੀ ਜੀ ਕੰਟਰੋਵਰਸਰੀ ਵਰੀ ਬਟ ਇਹ ਗਲ ਬਿਲਕੁਲ ਵੀ ਮਤਲਬ ਨਜਾਇਜ਼ ਹੋ ਗਈ ਅਗਰ ਆਪਾਂ ਕਹੀਏ ਕਿ ਫਿਲਮ ਦਾ ਟਾਈਟਲ ਉਹਦੀ ਜਾਣਨੀ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਇਸ ਫਿਲਮ ਨੂੰ ਜਿਹੜੀ ਹਾਈਪ ਮਿਲੀ ਹੈ ਨਾ ਉਹ ਮੇਨ ਟਾਈਟਲ ਕਰਕੇ ਮਿਲੀ ਹੈ ਕਿਉਂਕਿ ਇੱਕ ਟਾਈਟਲ ਹੀ ਐਸਾ ਕਿ ਬੰਦਾ ਜਦੋਂ ਟਾਈਟਲ ਪੜਦਾ ਤਾਂ ਸੋਦਾ ਯਾ ਟ੍ਰੇਲਰ ਤਾਂ ਵੇਖ ਹੀ ਲਵਾ ਥੈਨ ਆਬਵੀਅਸਲੀ ਮਤਲਬ ਮੈਂ ਸੱਚੀ ਦੱਸ ਰਹੀ ਹਾਂ ਇਹ ਪਹਿਲੀ ਫਿਲਮ ਦਾ ਟ੍ਰੇਲਰ ਹੈ ਜੋ ਮੈਂ ਐਕਚੁਅਲੀ ਆਪਣੇ ਪਾਰਟਨਰ ਨਾਲ ਸ਼ੇਅਰ ਕੀਤਾ ਹੈ ਮੇਕਰ ਦੇਖੀ ਜ਼ਰੂਰ ਮੈਂ ਕਿਹਾ ਐਂਡ ਵਾਲਾ ਸੀਨ ਜ਼ਰੂਰ ਵੇਖੀਏ ਸੋ ਇਹ ਜੇ ਅਸੀਂ ਜਦੋਂ ਫਿਲਮ ਅਸੀਂ ਸਾਈਨ ਕਰਨੀ ਸੀ ਸੋ ਗੁਰਪ੍ਰੀਤ ਖੁੱਗੀ ਭਾਜੀ ਕਹਿੰਦੇ ਤਾਂ ਟਾਈਟਲ ਹੀ ਮਿਲੀਅਨਸ ਦਾ ਆ ਵੀ ਬੜੀ ਵੱਡੀ ਗੱਲ ਬਾਤ ਆ ਇਨੀ ਮੈਂ ਸੱਸ ਕੁੱਟਨੀ ਔਰ ਆਬਵੀਅਸ ਜੇ ਅਸੀਂ ਪੰਜਾਬ ਚ ਰਹਿੰਦੇ ਆ ਸਾਨੂੰ ਆਪਣੇ ਲੋਕ ਗੀਤ ਆਪਣਾ ਸੱਭਿਆਚਾਰ ਆਪਣਾ ਸਾਡਾ ਕਲਚਰ ਪਤਾ ਹੀ ਆ ਬੀ ਨਹੀਂ ਮੈਂ ਸੱਸ ਕੁੱਟਨੀ ਕੁੱਟਨੀ ਸੰਦੂਕਾਂ ਓਲੇ ਸੋ ਮੈਂ ਕਈ ਵਾਰੀ ਪ੍ਰੋਗਰਾਮਾਂ ਚ ਕਰਦਾ ਹੁੰਨਾ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਪਰੀ ਰਸੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਹਨਾ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਆ ਔਰ ਕਿਸੇ ਚੀਜ਼ ਦਾ ਕੋਈ ਜਦੋਂ ਕੋਈ ਚੀਜ਼ ਦੀ ਕਿਸੇ ਦੀ ਬਰਖਾਸਤ ਕਰਦਾ ਉਹਨੂੰ ਕਹਿੰਦਾ ਵੀ ਨਹੀਂ ਇਹ ਚੀਜ਼ ਠੀਕ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਵੀ ਉਹਦੇ ਚ ਆਪਾਂ ਨੂੰ ਜ਼ਿਆਦਾ ਇੰਡल्ज ਨਹੀਂ ਹੋਣਾ ਚਾਹੀਦਾ ਕਿਉਂਕਿ ਵੀ ਫੋਕਸ ਓਨ ਅਸ ਆਪਾਂ ਆਪਣੇ ਤੇ ਕੰਮ ਕਰ ਰਹੇ ਆ ਪਿਛਲੇ 10 ਦਿਨਾਂ ਤੋਂ ਅਸੀਂ ਸਿਰਫ ਨੀਮ ਸਾਥ ਸਕਟਨੀ ਨੀਮ ਸਾਥ ਸਕਟਨੀ ਸੋ ਅਸੀਂ ਇੰਨੇ ਇੰਟਰਵਿਊਜ਼ ਕਰ ਰਹੇ ਆ ਇੰਨਾ ਅਸੀਂ ਪ੍ਰੋਮੋਸ਼ਨ ਕਰ ਰਹੇ ਆ ਸਾਡਾ ਸੋਸ਼ਲ ਮੀਡੀਆ ਭਰਿਆ ਪਿਆ ਸੋ ਸਪਰੈਡ ਪੋਜ਼ਿਟਿਵਿਟੀ ਹਮੇਸ਼ਾ अच्छा तन्वी नॉर्मली ना अपने नाल ਹੁੰਦਾ ਹੈ ਕਿ ਆਪਾਂ ਕੋਈ ਕੋਈ ਵੈਬ ਸੀਰੀਜ਼ ਦੇਖ ਰਹੇ ਆਂ ਆਪਾਂ ਉਹਦੇ ਕੈਰੈਕਟਰਸ ਨਾਲ ਰਿਲੇਟ ਕਰਨ ਲੱਗ ਜਾਂਦੇ ਆਂ ਆਪਾਂ ਕੋਈ ਫਿਲਮ ਵਖੀ ਆਪਾਂ ਉਹਦੇ ਨਾਲ ਰਿਲੇਟ ਆਪਾਂ ਉਹਦੇ ਵਰਗਾ ਨਾ ਕਿਤਨੇ ਕਿਤੇ ਬਿਹੇਵੀਅਰ ਕਰਨ ਲੱਗ ਜਾਂਦੇ ਥੋੜਾ ਬਹੁਤ ਨੀਮ ਸਸਕੁਟਨੀ ਦਾ ਸਫਰ ਕੋਈ 1-2 ਦਿਨ ਦਾ ਨਹੀਂ ਸੀ ਤੁਸੀਂ ਫਿਲਮ ਸਕ੍ਰਿਪਟ ਪੜ੍ਹੀ ਸਾਈਨ ਕੀਤੀ ਉਸ ਤੋਂ ਬਾਅਦ ਫਿਲਮ ਤੇ ਕੰਮ ਕੀਤਾ ਹੁਣ ਵੀ ਪ੍ਰੋਮੋਸ਼ਨ ਚੱਲ ਰਹੀਆਂ ਨੇ ਕੁਝ ਖੁਦ ਦੇ ਵਿੱਚ ਬਦਲਾਅ ਮਹਿਸੂਸ ਕਰ ਰਹੇ ਆਂ ਸਭ ਤੋਂ ਪਹਿਲੀ ਗੱਲ ਇਹ ਫਿਲਮ ਸ਼ੂਟ ਹੋਈ ਸੀ ਮੇਰੀ ਮੈਰਿਜ ਤੋਂ ਪਹਿਲੇ ਸੋ ਉਹੀ ਹੋਇਆ ਮੇਰੇ ਨਾਲ ਜਿਵੇਂ ਹੁਣ ਮਹਿਤਾਬ ਨਾਲ ਹੋ ਰਿਹਾ ਹੈ ਕਿ ਮੈਰਿਜ ਤੋਂ ਪਹਿਲੇ ਹੀ ਕੁਛ ਨਾ ਕੁਝ ਚੀਜ਼ਾਂ ਸਿੱਖਣ ਨੂੰ ਮਿਲਿਆ ਇੱਕ ਤਰ੍ਹਾਂ ਮੇਰੀ ਟ੍ਰੇਨਿੰਗ ਹੋ ਗਈ ਬਿਕਾਜ਼ 2 ਮੰਥਸ ਬਾਅਦ ਵੈਡਿੰਗ ਸੀ ਸੋ 2 ਮੰਥਸ ਪਹਿਲੇ ਫਿਲਮ ਸ਼ੂਟ ਹੋ ਰਹੀ ਹੈ ਜਿਸ ਵਿੱਚ ਮੈਂ ਇੱਕ ਨੂਦਾ ਕੈਰੈਕਟਰ ਨਿਭਾ ਰਹੀ ਆ ਸੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਔਨ ਸਕਰੀਨ ਕਿਦਾਂ ਫੈਮਲੀ ਚ ਰਹਿਣਾ ਹੈ ਕਿਦਾਂ ਐਡਜਸਟ ਕਰਨਾ ਹੈ ਆਪਣੀ ਸੱਸ ਨਾਲ ਕਿਦਾਂ ਰਹਿਣਾ ਹੈ ਆਪਣੀ ਦਾਦੀ ਸੱਸ ਨਾਲ ਕਿਦਾਂ ਰਹਿਣਾ ਹੈ ਸੋ ਬਹੁਤ ਫਨ ਰਾਈਡ ਸੀ ਇਹ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਿਆ ਸੈੱਟ ਤੇ ਸੋ ਮੈਨੂੰ ਤਾਂ ਬਹੁਤ ਮਜ਼ਾ ਆਇਆ ਮੈਂ ਤਾਂ ਹੁਣ ਫੰਦ ਤੁਸੀਂ ਕਰ ਲਈਏ ਤਾਂ ਐਕਸਪੀਰੀਅੰਸ ਵੀ ਤੁਹਾਨੂੰ ਕਿਤੇ ਨਾ ਕਿਤੇ ਮੈਰਿਟ ਲਾਈਫ ਦਾ ਹੋ ਗਿਆ ਆ ਆਈ ਐਮ ਗਿਵਿੰਗ ਯੂ ਸਿਚੁਏਸ਼ਨ ਕਿ ਇੱਕ ਸਿਚੁਏਸ਼ਨ ਹੈ ਜਿੱਥੇ ਤੁਹਾਡੀ ਵਾਈਫ ਨੇ ਅੱਛ ਤੁਹਾਡੇ ਨਾਲ ਕਿਤੇ ਜਾਣਾ ਹੈ ਤੁਹਾਡੀ ਮਮ ਨੇ ਤੁਹਾਡੇ ਨਾਲ ਕਿਤੇ ਜਾਣਾ ਹੈ ਲੇਕਿਨ ਤੁਸੀਂ ਦੋਨਾਂ ਨੂੰ ਇਕੱਠੇ ਨਹੀਂ ਲਿਜਾ ਸਕਦੇ ਸੋ ਕੀ ਕਰੋਗੇ ਇਸ ਸਿਚੁਏਸ਼ਨ ਚ ਮੈਂ ਦੋਨੋਂ ਨੂੰ ਇਕੱਠੇ ਲੈ ਕੇ ਜਾਊਂਗਾ ਔਰ ਗੁਰਦੁਆਰਾ ਸਾਹਿਬ ਲੈ ਕੇ ਜਾਊਂਗਾ ਮੱਥਾ ਟਿਕਾ ਕੇ ਲਿਆਉਂਗਾ ਵੀ ਪ੍ਰਮਾਤਮਾ ਅਗੇ ਮੱਥਾ ਟੇਕੋ ਅਰਦਾਸ ਕਰੋ ਵੀ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਸਰਬੱਤ ਦਾ ਭਲਾ ਤੇ ਮੈਂ ਬਿਜ਼ੀ ਰਵਾਂ ਮੈਨੂੰ ਵੱਡੀ ਵੱਡੀਆਂ ਫਿਲਮਾਂ ਮਿਲਦੀਆਂ ਰਹਿਣ ਤੇ ਮੈਂ ਇੱਕੋ ਜਗ੍ਹਾ ਤੇ ਜਿੱਦਾਂ ਨੂੰ ਦੋਨਾਂ ਨੂੰ ਇਕੱਠੇ ਲੈ ਕੇ ਜਾਊਂਗਾ। ਦੈਟਸ ਗ੍ਰੇਟ ਬਹੁਤ ਸਮਾਰਟ ਤੇ ਪੋਲਿਟੀਕਲੀ ਕਰੈਕਟ ਆਨਸਰ ਦਿੱਤਾ ਤੁਸੀਂ ਚਲੋ ਐਨੀਵੇਜ਼ ਵੀਲ ਸੀ ਕਿ ਕਿੰਨੇ ਕ ਵਾਰ ਗੁਰਦੁਆਰੇ ਲਾ ਜਾਊਂ ਗੁਰਦੁਆਰੇ ਤਾਂ ਨਵੀਂ ਕਦੋਂ ਵਾਰੀ ਚੱਲਣਾ ਉਸ ਤੋਂ ਬਾਅਦ ਵੇਖਾਂਗੇ। ਨਹੀਂ ਕੋਸ਼ਿਸ਼ ਕਰਦਾ ਰਹੂੰਗਾ। ਦੈਟਸ ਗ੍ਰੇਟ ओके तਨਵੀ ਫਿਲਮ ਦੇ ਵਿੱਚ ਜਿਵੇਂ ਅਸੀਂ ਪੋਸਟਰ ਵੇਖ ਲਈਏ ਤਾਂ ਪੋਸਟਰ ਦੇ ਵਿੱਚ ਤੁਸੀਂ ਮਤਲਬ ਮੇਨ ਲੀਡ ਦੇ ਵਿੱਚ ਇੱਕ ewomen ਸੈਂਟ੍ਰਿਕ ਫਿਲਮ ਜੜੀ ਹੋ ਨਜ਼ਰ ਆ ਰਹੀ ਹੈ ਹਾਲਾ ਕਿ ਇਸ ਫਿਲਮ ਦੇ ਵਿੱਚ ਇੰਨੇ ਕੈਰੈਕਟਰਸ ਨੇ ਕਿ ਬਹੁਤ ਸਾਰੇ ایسے ਪ੍ਰੋਜੈਕਟ ਹੁੰਦੇ ਨੇ ਜਿਸ ਦੇ ਵਿੱਚ ਨਾ ਕਹਾਣੀਤ ਨਾਲੋਂ ਜ਼ਿਆਦਾ ਕੈਰੈਕਟਰਸ ਨਾਲ ਲੋਕਾਂ ਨੂੰ ਪਿਆਰ ਹੋ ਜਾਂਦਾ ਹੈ ਕਹਾਣੀ ਲੋਕ ਭੁੱਲੀ ਜਾਂਦੇ ਕਿ ਅਸੀਂ ਕੀ ਦੇਖ ਰਹੇ ਤੇ ਲੋਕੀ ਸੋਚਦੇ ਕਿ ਕਾਸ਼ ਇਹਦਾ ਸਿਕਲ ਆਵੇ ਤੇ ਸਾਨੂੰ ਕੈਰੈਕਟਰ ਵੇਖਣ ਨੂੰ ਦੁਬਾਰਾ ਮਿਲਣ ਸੋ ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕੈਰੈਕਟਰ ਹੈ ਤੁਸੀਂ ਇਸ ਦੇ ਨਾਲ ਰੀਅਲ ਲਾਈਫ ਨਾਲ ਕਿੰਨਾ ਰਿਲੇਟ ਕਰਪਾਣੇ ਹੋ ਤੇ ਇਸ ਕੈਰੈਕਟਰ ਨੂੰ ਅਗੇ ਕ ਨਵੇਂ ਫਲੇਵਰਸ ਐਡ ਕਰਨਾ ਚਾਹੂੰਗੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਇਹ ਸਾਰੀ ਕੈਰੈਕਟਰ ਦੀ ਫਿਲਮ ਹੈ ਸੋ ਇਟਸ ਕਰੈਕਟ ਇਹ ਕਿਸੇ 1 ਪਰਸਨ ਜਾਂ 2 ਪਰਸਨ ਜਾਂ ਸਾਡੇ ਉੱਤੇ ਬੇਸਡ ਫਿਲਮ ਨਹੀਂ ਹੈ ਠੀਕ ਹੈ ਸਾਡਾ ਇੱਕ ਰੋਮਾਂਟਿਕ ਐਂਗਲ ਹੈਗਾ ਹੈ ਜਿਹੜਾ ਇੱਕ ਸਾਈਡ ਤੇ ਚੱਲ ਰਿਹਾ ਹੈ ਪੈਰਲਲ ਬਟ ਉਹਦੇ ਨਾਲ ਨਾਲ ਇੱਕ ਫੈਮਿਲੀ ਫਿਲਮ ਹੈ ਫੈਮਿਲੀ ਚ ਕਿਦਾਂ ਕੁੜੀ ਆ ਕੇ ਐਡਜਸਟ ਕਰਦੀ ਹੈ ਕਿਦਾਂ ਇੰਨੀ ਵੱਡੀ ਫੈਮਿਲੀ ਨੂੰ ਆਪਣਾ ਬਣਾ ਕੇ ਚਲਦੀ ਹੈ ਉਹ ਚੀਜ਼ਾਂ ਇਹਦੇ ਵਿੱਚ ਦਿਖਾਈਆਂ ਗਈਆਂ ਐਂਡ ਮੋਰਓਵਰ ਰਹੀ ਗੱਲ ਮੇਰੇ ਕੈਰੈਕਟਰ ਦੀ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੇਰਾ ਕੈਰੈਕਟਰ ਰੀਅਲ ਐਂਡ ਰੀਅਲ ਲਾਈਫ ਚ ਮਿਲਦਾ ਜੁਲਦਾ ਜਾ ਹੈ ਸੋ ਅ ਅੱਗੇ ਅਸੀਂ ਹੁਨੀਵੇਂ ਸਸਕੁਟਨੀ 2 ਵੀ ਕਰਾਂਗੇ ਨੀਵੇਂ ਨੂ ਕਟਣੀ ਵੀ ਕਰਾਂਗੇ ਸੋ ਇਹਦੇ ਵਿੱਚ ਹੋਰ ਵਧੀਆ-ਵਧੀਆ ਅਪਡੇਸ਼ਨਸ ਹੁੰਦੀਆਂ ਰਹਿਣਗੀਆਂ ਜਿਹੜੀ ਅੱਜ ਦੇ ਟਾਈਮ ਨਾਲ ਮਿਲਦੀਆਂ ਜੁਲਦੀਆਂ ਹੋਣਗੀਆਂ ਐਕਚੁਅਲੀ ਦੈਟਸ ਵੈਰੀ ਨਾਈਸ ਨੀ ਮੈਂ ਨੂ ਕਟਣੀ ਹਨਾ ਪਰ ਮੈਂ ਇਹ ਨਹੀਂ ਦੇਖਣ ਜਾਊਂਗੀ ਐਣੀ ਮੈਂ ਦੇਖਣ ਜਾਊਂਗੀ ਤੁਸੀਂ ਕਿਉਂ ਜਾਓਗੇ ਹਾਂ ਦੇਖ ਲਓ ਟਾਈਟਲ ਨੀ ਮੈਂ ਸੱਸ ਕੁੱਟਣੀ ਐ ਤਾਂ ਸਾਰੀ ਕੁੜੀਆਂ ਨੂੰ ਐਕਸਾਈਟਮੈਂਟ ਹੋਈ ਪਈ ਐ ਕਿਤੇ ਕੋਈ ਐਦਾਂ ਦਾ ਗੁਰੂ ਸਿਖਾਇਆ ਹੋਵੇ ਸੱਸ ਨੂੰ ਨਵਾਂ ਕੁੱਟਣ ਦਾ ਬਟ ਐਦਾਂ ਦਾ ਕੁਝ ਨਹੀਂ ਐ ਡੋਨਟ ਵਰੀ ਸਾਡਾ ਬਸ ਟਾਈਟਲ ਹੀ ਇਹੋ ਜਿਹਾ ਐ ਫਿਲਮ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਮੈਸੇਜ ਦਵੇਗੀ ਤੁਸੀਂ ਕਰੈਕਟਰ ਦੀ ਗੱਲ ਕਰਦੇ ਸੀ ਜਿੰਨੇ ਵੀ ਇਹਦੇ ਵਿੱਚ ਕਰੈਕਟਰ ਨੇ ਸਾਰਿਆਂ ਦਾ ਆਪਣਾ ਆਪਣਾ ਇੱਕ ਬਹੁਤ ਵਧੀਆ ਉਹਨਾਂ ਦੀ ਜਗ੍ਹਾ ਨੇ ਜਿੱਦਾਂ ਇਹ ਹੁਣ ਕੋਗੀ ਪਾਜੀ ਨੇ ਅਨਮੋਲ ਨੇ ਜਿੰਨੀਆਂ ਵੀ ਲੇਡੀਜ਼ ਨੇ ਸੀਨੀਅਰ ਸਾਡੇ ਅਨੀਤਾ ਦੇਵਗਨ ਮੈਮ ਨਿਰਮਲ ਰਿਸ਼ੀ ਮੈਮ ਸਾਡੇ ਦਾਦੀ ਜੀ ਪਰਦਾਦੀ ਜੀ ਔਲਖ ਮੈਮ ਔਰ ਅਕਸ਼ਿਤਾ ਸ਼ਰਮਾ ਜੀ ਜਿਨ੍ਹਾਂ ਨੇ ਬਖੂਬੀ ਮੈਂ ਤਾਂ ਉਹਨਾਂ ਨੂੰ ਬਹੁਤ ਫਿਲਮਾਂ ਦੇ ਵਿੱਚ ਦੇਖਿਆ ਪਹਿਲਾਂ ਵੀ ਸੋ ਸਾਰਿਆਂ ਨੇ ਹੀ ਆਪਣੇ ਆਪਣੇ ਜਗ੍ਹਾ ਤੇ ਬਹੁਤ ਵਧੀਆ ਕਿਰਦਾਰ ਜਿਹੜੇ ਨੇ ਸਾਰਿਆਂ ਨੂੰ ਐ ਲੱਗੇਗਾ ਵੀ ਆਹ ਵੀ ਕਿਰਦਾਰ ਮੇਨ ਹੈ ਇਹਦੇ ਵਿੱਚ ਕੋਈ ਲੀਡ ਲੀਡ ਹੀਰੋ ਜਾਂ ਹੀਰੋਇਨ ਨਹੀਂ ਇਹ ਸਾਰੇ ਹੀ ਲੀਡ ਨੇ ਜੀ ਜੇ ਇੱਕ ਵੀ ਕੈਰੈਕਟਰ ਅਸੀਂ ਕਹੀਏ ਨਾ ਕਿ ਮਿਸ ਕਰ ਦੋ ਉਹ ਹੋ ਨਹੀਂ ਸਕਦਾ ਬਿਕਸ ਇਹ ਸਾਰਿਆਂ ਦੀ ਫਿਲਮ ਹੈ ਜੀ ਯਾ अच्छा मैं ता आपकी डेब्यू फिल्म है ਤੇ ਆਪਾਂ ਜਦੋਂ ਵੀ ਲਾਈਫ 'ਚ ਕੁਝ ਨਵਾਂ ਕਰਨ ਲੱਗਦੇ ਨਾ ਤਾਂ ਐਕਸਾਈਟਮੈਂਟ ਬਹੁਤ ਜ਼ਿਆਦਾ ਹੁੰਦੀ ਸਪੈਸ਼ਲੀ ਜਦੋਂ ਆਪਾਂ ਉਹ ਕੰਮ ਕਰਨ ਵਾਲੇ ਹਾਂ ਉਸ ਤੋਂ ਇੱਕ ਰਾਤ ਪਹਿਲਾਂ ਦੀ ਐਕਸਾਈਟਮੈਂਟ ਕੀ ਬੰਦਾ ਸੌ ਨਹੀਂ ਪਾਂਦਾ بار بار ਸੋਚਦਾ ਰਹਿੰਦਾ ਮੈਂ ਐਦਾਂ ਕਰੂੰਗਾ ਮੈਂ ਐਦਾਂ ਕਰੂੰਗਾ ਸੋ ਹਾਊ ਵਾਸ ਯੂਅਰ ਐਕਸਪੀਰੀਅੰਸ ਜਸਟ ਵਨ ਨਾਈਟ ਬਿਫੋਰ ਯੂਅਰ ਸਟਾਰਟਡ ਦਾ ਸ਼ੂਟ ਮੈਂ ਤਾਂ ਜਦੋਂ ਮੈਨੂੰ ਤਾਂ ਨੀਂਦਰ ਪਈ ਹੀ ਨਹੀਂ ਜਦੋਂ ਮੈਨੂੰ ਸਾਈਨ ਨੂੰ ਕਰ ਲਿਆ ਉਸ ਤੋਂ ਬਾਅਦ ਹੀ ਨਹੀਂ ਪਈ ਮੈਂ ਤਾਂ ਸੋ ਮੇਨ ਤੇ ਅਸੀ ਅੱਛਾ ਸੱਚੀ ਸੁਪਨਾ ਲੱਗਦਾ ਸੀ ਪਰ ਚਲੋ ਅਸੀਂ ਜਦੋਂ ਫਿਲਮ ਸ਼ੂਟ ਕੀਤੀ ਔਰ ਉਸ ਸ਼ ਪਤਾ ਹੀ ਨਹੀਂ ਲੱਗਿਆ ਕਿਉਂਕਿ ਇੰਨਾ ਸੋਹਣਾ ਪਰਿਵਾਰ ਸੀ ਜਾਨ ਨੂੰ ਜੀ ਨਹੀਂ ਸੀ ਕਰਦਾ ਲੱਗਦਾ ਸੀ ਹਾਏ ਸ਼ੂਟ ਚੱਲੀ ਜਾਵੇ ਚੱਲੀ ਜਾਵੇ ਕਿਉਂਕਿ ਸਾਰੇ ਹੀ ਇੰਨੇ ਵਧੀਆ ਸੀ ਉੱਥੇ ਤੇ ਐਕਸਾਈਟਮੈਂਟ ਹੁੰਦੀ ਹੈ ਜੀ ਜਿਵੇਂ ਪਹਿਲਾ ਗਾਣਾ ਆਇਆ ਸੀ ਤੇ ਸਟੂਡੀਓ 'ਚ ਜਦੋਂ ਡਬਿੰਗ ਕਰਨ ਲੱਗੇ ਸੀ ਤੇ ਐਕਸਾਈਟਮੈਂਟ ਸੀ ਹਾਏ ਸੱਚੀ ਵੀ ਗਾਣਾ ਆਊਗਾ ਉਹੀ ਦਿਨ ਫਿਰ ਮੈਨੂੰ ਯਾਦ ਆ ਗਿਆ ਜਦੋਂ ਮੈਂ ਫਿਲਮ ਦੇ ਸੈੱਟ ਤੇ ਪਹੁੰਚਿਆ ਵੀ ਉਹ ਉਹ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ ਅੱਜ ਇੱਥੋਂ ਤੱਕ ਪਹੁੰਚ ਗਿਆ अच्छा تن وچ جے تو 6 پرڑی تاں ਤੁਹਾਨੂੰ پوری کہانی ਪਤਾ ਲੱਗ ਗਈ ਹੋएगी ਲੇਕਿਨ ਹਮੇਸ਼ਾ ਨਾ ਕਿਤਨ ਕਿਤੇ ਕਹਾਣੀ ਦਾ ਇੱਕ ਅਦਾ ਪਾਰਟ ਹੁੰਦਾ ਸਾਡਾ ਫੇਵਰਟ ਹੁੰਦਾ ਸਾਡੇ ਦਿਲ ਨੂੰ ਦਹਾਈ ਇਹ ਸੀਨ ਕਦੋਂ ਸ਼ੂਟ ਹੋਏਗਾ ਇਹ ਡਾਇਲੌਗ ਮੈਂ ਕਦੋਂ ਬੋਲਣਗੀ ਇਹ ਚ ਮਜ਼ਾ ਆਏਗਾ ਸੋ ਵਾਟ ਵਾਸ ਦੈਟ ਫਿਲਮ ਵਿੱਚ ਇੱਕ ਕਲਾਈਮੈਕਸ ਸੀਨ ਹੈ ਜਿਦੇ ਸਾਰੀ ਸਟੋਰੀ ਨਾ ਟਵਿਸਟ ਹੋ ਜਾਏਗੀ ਬਿਲਕੁਲੀ ਕੰਪਲੀਟਲੀ ਇੱਥੋਂ ਦੀ ਉੱਥੇ ਚਲੀ ਜਾਏਗੀ ਆਪੋਜ਼ਿਟ ਡਾਇਰੈਕਸ਼ਨ ਚ ਸੋ ਮੈਨੂੰ ਉਹ ਵਾਲੇ ਸੀਨ ਦੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਆਮ ਵੈਰੀ ਐਕਸਾਈਟਿਡ ਕਿ ਜਦੋਂ ਲੋਕ ਦੇਖਣਗੇ ਤਾਂ ਉਹਨਾਂ ਦਾ ਕੀ ਰਿਐਕਸ਼ਨ ਹੋਏਗਾ ਯਾ ਮੈਂ ਤੁਹਾਨੂੰ ਪੂਰਾ ਰਿਵੀਲ ਨਹੀਂ ਕਰੂੰਗੀ ਇੱਕ ਪੁਆਇੰਟ ਵੀ ਦੱਸ ਨਹੀਂ ਸਕਦੀ ਬਿਕਾਜ਼ ਇਟਸ ਦ ਮੇਨ ਪਾਰਟ ਆਫ ਦ ਫਿਲਮ ਯਾ ਐਗਜੈਕਟਲੀ ਯਾ ਤੇ ਮਹਿਤਾਬ ਤੁਹਾਡੇ ਲਈ ਫਿਲਮ ਦੇ ਸੈੱਟ ਤੇ ਕਿਹੜਾ ਸਭ ਤੋਂ ਜ਼ਿਆਦਾ ਡਿਫਿਕਲਟੀ ਸੀ ਤੇ ਕਿਹੜਾ ਸਭ ਤੋਂ ਜ਼ਿਆਦਾ ਫਨ ਲਵਿੰਗ ਡੇਸ ਸਾਰੀ ਡਿਫਿਕਲਟੀ ਸੀ ਜੀ ਮੇਰਾ ਤੇ ਮੈਂ ਮੈਂ ਤਾਂ ਡਰ-ਡਰ ਕੇ ਹੀ ਸੀ ਪਰ ਚਲੋ ਫਿਰ ਵੀ ਹੋ ਜਾਂਦਾ ਸੀ ਪਹਿਲਾਂ ਡਰ ਲੱਗਦਾ ਸੀ ਫਿਰ ਹੋ ਜਾਂਦਾ ਸੀ ਕਿਉਂਕਿ ਸਾਰਿਆਂ ਦਾ ਸਪੋਰਟ ਸੀ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਔਰ ਸਾਰੇ ਵਧੀਆ ਸੀ ਮੇਰੇ ਨਾਲ ਤਾਂ ਮੈਂ ਤਾਂ ਆਪਣੇ ਮੈਂ ਤਾਂ ਆਪਣੇ ਪਹਿਲਾਂ ਇਹ ਗਰਲਫ੍ਰੈਂਡ ਹੁੰਦੇ ਨੇ ਮੈਂ ਉਦੋਂ ਵੀ ਤਰਲੇ ਕੱਢਦਾ ਰਿਹਾ ਉਹ ਯਾਰ ਮੇਰੀ ਸੁਣ ਲਓ ਪਕਾਰ ਸੁਣ ਲਓ ਫਿਰ ਜਦੋਂ ਬਾਅਦ ਚ ਘਰੇ ਆ ਜਾਂਦੇ ਨੇ ਵਾਈਫ ਬਣ ਕੇ ਉਦੋਂ ਵੀ ਫਿਰ ਕੜਮਸ ਜਿਹੜਾ ਪੈਂਦਾ ਉਦੋਂ ਵੀ ਮੈਂ ਤਰਲੇ ਲੈਣਾ ਸੋ ਸਾਰੇ ਹੀ ਆਪਣੇ ਆਪਣਾ ਤੁਸੀਂ ਟ੍ਰੇਲਰ ਚ ਵੀ ਕੁਝ ਦੇਖਿਆ ਹੋਊਗਾ ਦਾਦੀ ਵਾਲਾ ਵੀ ਭਾਈ ਮੇਰੇ ਤਾਤ ਖੜੇ ਆ ਜਾਂ ਮੰਮੀ ਵਾਲਾ ਹੋਰ ਵੀ ਬੜੇ ਸਾਰ ਸਾਰੀ ਬਹੁਤ ਵਧੀਆ ਸੀਗਾ ਜੀ ਅੱਛਾ ਤਨਵੀ ਅਕਸਰ ਨਾ ਮੁੰਡੇ ਸਵਾਲ ਕਰਦੇ ਨੇ ਕਿ ਕੁੜੀਆਂ ਨੂੰ ਚਾਹੀਦਾ ਕੀ ਹੈ ਸਮਝ ਨਹੀਂ ਆਂਦਾ ਸੋ ਕੀ ਕਹਿਣਾ ਚਾਹੂੰਗੀ ਕਿ ਕੁੜੀਆਂ ਨੂੰ ਚਾਹੀਦਾ ਕੀ ਆਪਣੇ ਬੁਆਏਫ੍ਰੈਂਡ ਤੋਂ ਵੀ ਕਿ ਜਦੋਂ ਤੁਸੀਂ ਇਹਨਾਂ ਦੇ ਆਬਵੀਅਸਲੀ ਫਿਲਮ ਦੇ ਵਿੱਚ ਐਜ਼ ਅ 걸ਫ੍ਰੈਂਡ ਦੇ ਕਿਰਦਾਰ ਨੇ ਬਾਇ ਐਜ਼ ਅ ਵਾਈਫ ਵੀ ਨੇ ਬਾਇ ਕੁੜੀਆਂ ਨੂੰ ਐਕਚੁਅਲੀ ਚਾਹੀਦਾ ਕੀ ਤੁਹਾਡੇ ਅਕੋਰਡ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਨਾ ਮੁੰਡੇ ਕੁੜੀਆਂ ਨੂੰ ਕਦੀ ਸਮਝ ਨਹੀਂ ਸਕਦੇ ਤੇ ਕੁੜੀਆਂ ਜੋ ਐਕਚੁਅਲ ਚ ਹੁੰਦਾ ਉਹ ਕਦੀ ਮੂੰਹ ਤੇ ਬੋਲਦੀਆਂ ਨਹੀਂ ਐ ਤੇ ਕੁੜੀਆਂ ਨੂੰ ਇਹ ਚਾਹੀਦੀ ਕਿ ਸਾਡੇ ਦਿਲ ਦੀ ਗੱਲ ਦਿਲ ਦੀ ਗੱਲ ਆਪ ਹੀ ਪੜ ਲੈਣ ਕੁੜੀਆਂ ਨੂੰ ਇਹ ਚਾਹੀਦਾ ਹੈ ਕਿ ਮੁੰਡੇ ਸਾਰੇ ਮੁੰਡੇ ਸਮਝਦਾਰ ਹੁੰਦੇ ਆ ਨਹੀਂ ਹੁੰਦੇ ਨਹੀਂ ਹੁੰਦੇ ਇਹਨਾਂ ਦੀ ਇੱਕੋ ਇੱਕੋ ਗੱਲ ਹੈ ਤੁਸੀਂ ਵੀ ਸੁਣ ਲਓ ਤੁਸੀਂ ਵੀ ਇੰਟਰਵਿਊ ਲੈ ਰਹੇ ਹੋ ਤੁਹਾਡੀ ਇੱਕੋ ਗੱਲ ਹੁੰਦੀ ਹੈ ਵੀ ਤੁਸੀਂ ਬੋਲੋ ਉਹ ਹੋਵੇ ਐਦਾਂ ਕਦੇ ਨਹੀਂ ਹੁੰਦਾ ਮੁੰਡਾ ਬੋਲੇ ਉਹ ਹੋਣਾ ਚਾਹੀਦਾ ਇਹ ਇੱਕ ਸੰਸਕਾਰ ਹੁੰਦਾ ਹੈ ਇਹ ਹੋਣਾ ਚਾਹੀਦਾ ਇਹ ਇਹ ਕਿੱਥੋਂ ਦਾ ਰੂਲ ਹੈ ਜੀ ਤੁਸੀਂ 21 ਸੈਂਚਰੀ ਜੀ ਰਹੇ ਹੋ ਮੁੰਡਾ ਬੁੱਲੇ ਹੁਣ ਚ ਇੱਕਦਮ ਇਹਦਾ ਕੀ ਮਤਲਬ ਹੈ ਲਿਆਓ ਗਲਵਸ ਦੇਖ ਲਓ ਫਿਰ ਮੈਂ ਪਾ ਲੈਣੇ ਗਲਵਸ ਉਹ ਤਾਂ ਮਾਤਾ ਦੇ ਮਾਤਾ ਦੇ ਕੰਮ ਹੋਣਗੇ ਮੈਂ ਵੈਸੇ ਕਹਿਣਾ ਵੀ ਤੁਹਾਡਾ ਕੰਮ ਹੁੰਦਾ ਸਿਰਫ ਬੋਲਣਾ ਅੱਗੇ ਕਰਨਾ ਨਹੀਂ ਕਰਨਾ ਉਹ ਅਗਲੇ ਤੇ ਡਿਪੈਂਡ ਕਰਦਾ ਤੁਸੀਂ ਆਪਣਾ ਸਿਰਫ ਰੱਖ ਸਕਦੇ ਹੋ ਕਿ ਤੱਤ ਵੀ ਇਹ ਸਾਨੂੰ ਆ ਚਿਰ ਪਰ ਤੁਸੀਂ ਬੋਲਣੋਂ ਹਟ ਨਹੀਂ ਸਕਦੀਆਂ ਉਹ ਫਿਰ ਕੰਮ ਉੱਥੇ ਜਾ ਕੇ ਹੋ ਜੀ ਜਾਂਦਾ ਤਾਂ ਹੀ ਤਾਂ ਇੰਨੀ ਵੱਡੀ ਫਿਲਮ ਬਣਾਉਣੀ ਪਈ ਸਾਨੂੰ ਇਹਨੇ ਪੈਸੇ ਲਾ ਕੇ ਪਰ ਜੋ ਕੁੜੀਆਂ ਬੋਲਦੀਆਂ ਨਾ ਐਕਚੁਅਲ ਜੋ ਹੁੰਦਾ ਨਹੀਂ ਤੇ ਜੋ ਨਹੀਂ ਬੋਲਦੀਆਂ ਨਾ ਕੁੜੀਆਂ ਨੂੰ ਇਹ ਹੁੰਦਾ ਕਿ ਮੁੰਡੇ ਸਾਡੀ ਉਹ ਗੱਲ ਸਮਝਣ ਸਮਝੇ ਹੁਣ ਕਿ ਅੰਤਰਜਾਮੀ ਹੈ ਜਿਹੜਾ ਤੁਸੀਂ ਨਹੀਂ ਬੋਲਦੇ ਸਾਨੂੰ ਵੀ ਪਤਾ ਲੱਗ ਜਾਊਗਾ ਅੰਤਿਆ ਯਾਰ ਤੇ ਦਾਅਵੇ ਕਿਉਂ ਕਰਦੇ ਹੋ ਐਸੇ ਦਾਅਵੇ ਕਿਉਂ ਨਹੀਂ ਨਹੀਂ ਮੁੰਡੇ ਸਾਰੇ ਸਮਝਦਾਰ ਹੁੰਦੇ ਆ ਭਾਈ ਮੈਂ ਤੁਹਾਡੀ ਸਪੋਰਟ ਕਰ ਰਿਹਾ ਸਭ ਦੀ ਤੁਹਾਡੀ ਤੁਹਾਡੀ ਵੀ ਚਲੋ ਮਾਰੀ ਸਪੋਰਟ ਕਰ ਦਿੰਦਾ ਵੀ ਇਹ ਵੀ ਸਮਝਦਾਰ ਹੁੰਦੀਆਂ ਪਰ ਇਹ ਬੋਲਦੀਆਂ ਜ਼ਿਆਦਾ ਬੋਲਦੀਆਂ ਜ਼ਿਆਦਾ ਇਹ ਕਹਾਂ ਮੈਂ ਫੋਲੋ ਕਰ ਜਾ ਕੇ ਦੱਸਾਂਗੀ ਵੀ ਗੱਲ ਸੁਣੋ ਉਹਨਾਂ ਦਾ ਵਿਆਹ ਹੋ ਚੁੱਕਾ ਮੇਰਾ ਮੈਂ ਤੁਹਾਨੂੰ ਦੱਸਤਾ ਹਾਂ ਸਿੰਗਲ ਇੱਥੇ ਸਿਰਫ ਤੁਸੀਂ ਹੋ ਤੇ ਇੰਟਰਵਿਊ ਕੁੜੀਆਂ ਸੁਣ ਰਹੀਆਂ ਕੋਈ ਗੱਲ ਨਹੀਂ ਮੈਂ ਤੇ ਉਹ ਨਹੀਂ ਉਹ ਕੋਈ ਗੱਲ ਨਹੀਂ ਮੈਂ ਕਿਹੜਾ ਮਾੜਾ ਕਿਹਾ ਮੈਂ ਕਹਿੰਨਾ ਵੀ ਤੁਸੀਂ ਬੋਲਦੀਆਂ ਜ਼ਿਆਦਾ ਹੋ ਤੇ ਇਸ ਕਰਕੇ ਮੈਂ ਸਤਿਕਾਰ ਕਰਦਾ ਤੇ ਜਿਹੜੀ ਵੀ ਕਰਮਾ ਵਾਲੀ ਜਿੱਥੇ ਵੀ ਸੁਣ ਰਹੀ ਹੈ ਵੀ ਘੱਟ ਬੋਲੀ ਭਾਈ ਵੀਅਰ ਸੋ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਮਹਿਤਾਬ ਜਿਹੜੀ ਕੁੜੀ ਨੂੰ ਪਸੰਦ ਕਰੇਗਾ ਉਹਦੀ ਇੱਕੋ ਇੱਕ ਰਿਕੁਆਇਰਮੈਂਟ ਹੈ ਕਿ ਕੁੜੀ ਘੱਟ ਬੋਲਣ ਵਾਲੀ ਹੋਵੇ ਸੋ ਅਗਰ ਤੁਸੀਂ ਘੱਟ ਬੋਲਦੇ ਹੋ ਤਾਂ ਤੁਸੀਂ ਫੋਰ ਸ਼ੋਰ ਮਹਿਤਾਬ ਦਾ ਦਿਲ ਜ਼ਰੂਰ ਜਿੱਤ ਸਕਦੇ ਹੋ ਓਕੇ ਸੋ ਲਾਸਟਲੀ ਕੀ ਕਹਿਣਾ ਚਾਹੂੰਗੀ ਆਪਣੇ ਫੈਨਸ ਮੈਂ ਆਪਣੇ ਫੈਨਸ ਨੂੰ ਇਹ ਕਹਿਣਾ ਚਾਹੁੰਦੀ ਆ ਨੀਮੇ ਸੱਸ ਕੁੱਟਣੀ ਐਸ ਨੇਮ ਸੁਜੈਸਟਸ ਇਤਾਂ ਦਾ ਫਿਲਮ ਚ ਕੁਛ ਨਹੀਂ ਹੈ ਤੁਸੀਂ ਸਾਰੇ 29th April ਨੂੰ ਸਾਡੀ ਫਿਲਮ ਦੇਖਣ ਜਾਓ ਨੀਮੇ ਸੱਸ ਕੁੱਟਣੀ ਤੇ ਨੂਹਾਂ ਤੇ ਸੱਸਾਂ ਇਕੱਠੀਆਂ ਮਿਲ ਕੇ ਜ਼ਰੂਰ ਜਾਓ ਤੇ ਜਿਵੇਂ ਤੁਸੀਂ ਥੀਏਟਰਸ ਤੋਂ ਬਾਹਰ ਨਿਕਲੋਗੇ ਨਾ ਤੇ ਜਫੀਆਂ ਪਾਉਂਦੀਆਂ ਆਉਗੀਆਂ ਕੀ ਬਾਤ ਹੈ ਫਿਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਦੀ ਟਿਕਟ ਹਰ ਘਰ ਵਾਲੇ ਨੂੰ ਆਪਣੀ ਨੂਹ ਤੇ ਸੱਸ ਨੇ ਪਹਿਲਾਂ ਹੀ ਕਰਵਾ ਲੈਣੀ ਚਾਹੀਦੀ ਐਗਜ਼ੈਕਟਲੀ ਐਗਜ਼ੈਕਟਲੀ ਬਿਲਕੁਲ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਮਹਿਤਾ ਬਿਲਕੁਲ ਇਹ ਬਹੁਤ ਸੋਹਣਾ ਇੱਕ ਖੂਬਸੂਰਤ ਹੈ ਰਿਸ਼ਤਾ ਹੈ ਜਿਹਦੇ ਵਿੱਚ ਇੱਕ ਨੋਕ-ਚੋਕ ਹੈ ਮਿਠਾਸ ਵੀ ਹੈ ਖਟਾਸ ਔਰ ਉਹ ਚੀਜ਼ਾਂ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੰਮ ਵੀ ਕਰਨ ਗਿਆ ਤੁਸੀਂ ਉਹਨਾਂ ਚੀਜ਼ਾਂ ਨੂੰ ਯਾਦ ਵੀ ਕਰੋਗੇ ਔਰ ਵੈਸੇ ਵੀ ਪਰਿਵਾਰ ਦੇ ਵਿੱਚ ਇਹ ਚੀਜ਼ਾਂ ਇੱਕ ਪਿਆਰ ਹੋਣਾ ਇੱਕ ਨੂੰਹ ਦਾ ਆਪਣੀ ਸੱਸ ਦੇ ਨਾਲ ਧੀ ਦਾ ਆਪਣੀ ਮਾਂ ਦੇ ਨਾਲ ਤੇ ਮੈਂ ਸਮਝਦਾ ਵੀ ਜਿਹੜੀ ਨੂੰਹ ਬਣ ਕੇ ਹੁੰਦੀ ਹੈ ਉਹਨੂੰ ਇੱਕ ਆਪਣੀ ਮੰਮੀ ਵਾਂਗੂ ਪਿਆਰ ਕਰਨਾ ਚਾਹੀਦਾ ਸੋ ਇਹ ਬਹੁਤ ਮਸਟ ਹੈ ਔਰ ਸਾਰਿਆਂ ਨੂੰ ਇਹ ਚੀਜ਼ ਨੂੰ ਜਰੂਰ ਫੋਲੋ ਕਰਨਾ ਚਾਹੀਦਾ ਔਰ ਸਾਡੀ ਫਿਲਮ ਇਹਨਾਂ ਰਿਸ਼ਤਿਆਂ ਦੀ ਜਿੰਨੀ ਵੀ ਅਹਿਮੀਅਤ ਹੈ ਉਹਨੂੰ ਬਹੁਤ ਬੇਖੋਬੀ ਬੜੇ ਖੂਬਸੂਰਤ ਤਰੀਕੇ ਨਾਲ ਅਸੀਂ ਉਹਨੂੰ ਦਿਖਾਇਆ ਹੈ 29 ਅਪ੍ਰੈਲ ਨੂੰ ਨੀ ਮੈਂ ਸਾਸਕੁਟਣੀ ਤੁਸੀਂ ਆਪਣੇ ਪਰਿਵਾਰਾਂ ਨਾਲ ਜਾ ਕੇ ਜਰੂਰ ਫਿਲਮ ਦੇਖਿਓ ਜਿੰਨਾ ਹੋ ਸਕਦਾ ਸਾਨੂੰ ਪਿਆਰ ਦਿਓ ਕਿਉਂਕਿ ਸਾਡੀ ਪਹਿਲੀ ਫਿਲਮ ਹੈ ਔਰ ਜੇ ਤੁਸੀਂ ਸਾਡੀ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦੋਗੇ ਫਿਰ ਜਲਦੀ ਜਲਦੀ ਅਸੀਂ ਅਗਲੀ ਫਿਲਮ ਲੈ ਕੇ ਆਵਾਂਗੇ ਜੀ ਜਰੂਰ ਸੋ ਜੀ ਜਾਓ ਸਿਨੇਮਾ ਘਰਾਂ ਦੇ ਵਿੱਚ ਤੇ ਜਰੂਰ ਵੇਖੋ ਫਿਲਮ ਨੀ ਮੈਂ ਸਾਸਕੁਟਣੀ ਸੱਸ ਨੂੰ ਤਾਂ ਵੈਸੇ ਕੁੱਟਣਾ ਨਹੀਂ ਹੁੰਦਾ ਲੇਕਿਨ ਸੱਸ ਦੇ ਨਾਲ ਫਿਲਮ ਵੇਖਣ ਜਾਓ ਤਾਂ ਸੱਸ ਦੇ ਜਿਹੜੇ ਗਿਲੇ ਸ਼ਿਕਵੇ ਨੇ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ ਸੋ ਜਸਟ ਗੋ ਐਂਡ ਵਾਚ ਦਾ ਫਿਲਮ ਐਂਡ ਸ਼ੇਅਰ ਯੋਰ ਰਿਵਿਊਜ਼ ਵਿਦ ਅਸ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਿਸ ਵੀਡੀਓ ਐਂਡ ਸਬਸਕ੍ਰਾਈਬ ਫਾਈਵਡ ਮੀਡੀਆ